ਕਲਾ ਦਾ ਸਫ਼ਰ ਇੱਕ ਇਹੋ ਜਿਹਾ ਸਫ਼ਰ ਹੈ ਜਿਸ ਵਿੱਚ ਹਰ ਕਦਮ ਇੱਕ ਨਵੀਂ ਕਲਪਨਾ ਜਨਮ ਲੈਂਦੀ ਹੈ ਪਰ ਉਸ ਕਲਪਨਾ ਨੂੰ ਪ੍ਰਵਾਨ ਚੜ੍ਹਾਉਂਦਿਆਂ ਹਰ ਇੱਕ ਕਦਮ 'ਤੇ ਇੱਕ ਨਵਾਂ ਸੰਘਰਸ਼ ਵੀ ਦਰਪੇਸ਼ ਰਹਿੰਦਾ ਹੈ ਕਲਾਕਾਰੀ ਦੇ ਇਸ ਮਾਰਗ 'ਤੇ ਚੱਲਦਿਆਂ ਮੈਂ ਵੀ ਆਪਣੀ ਕਲਪਨਾਵਾਂ ਨੂੰ ਹਕੀਕਤ ਦਾ ਰੂਪ ਧਾਰਦੇ ਵੇਖਿਆ ਹੈ ਮੈਂ ਵੀ ਸੰਘਰਸ਼ ਦੇ ਇਸ ਦਰਿਆ 'ਚ ਡੁੱਬ ਕੇ ਹੀ ਕਿਨਾਰੇ ਦਾ ਅਨੁਭਵ ਕੀਤਾ ਹੈ ਅਤੇ ਉਹ ਕਲਾਕਾਰ ਜਿਨ੍ਹਾਂ ਨੇ ਆਪਣੀ ਕਲਾ ਦੇ ਇਸ਼ਕ ਨੂੰ ਆਪਣਾ ਆਪ ਅਰਪਣ ਕਰ ਰੱਖਿਆ ਹੈ ਉਹਨਾਂ ਦੇ ਸੰਘਰਸ਼ ਦਾ ਮਾਣ ਰੱਖਦਾ ਹੋਇਆ ਆਖਦਾ ਹਾਂ ਜੀ ਆਇਆਂ ਨੂੰ ਸੁਣ ਪੰਜਾਬ ਮੇਰੇ ਦੀਆਂ ਗੱਲਾਂ ਬਾਤਾਂ ਪਾਉਣ ਚਨਾ ਦੀਆਂ ਛੱਲਾਂ ਹਰ ਕੋਈ ਢੋਲੇ ਮਾਈਏ ਗਾਉਂਦਾ ਯਾਰਾਂ ਨਾਲ ਬਹਾਰਾਂ ਨੇ ਜਿੱਥੇ ਮਰਦ ਪੰਜਾਬੀ ਰਾਂਝੇ ਹੀਰਾਂ ਵਰਗੀਆਂ ਨਾਰਾਂ ਨੇ ਜਿੱਥੇ ਮਰਦ ਪੰਜਾਬੀ ਰਾਂਝੇ ਹੀਰਾਂ ਵਰਗੀਆਂ ਨਾਰਾਂ ਨੇ ਪੈਂਦੇ ਸੱਥਾਂ ਵਿੱਚ ਸਵਾਲ ਬਾਬੇ ਹੋਏ ਨੇ ਮਾਲੋ ਮਾਲ ਪੈਂਦੇ ਸੱਥਾਂ ਵਿੱਚ ਸਵਾਲ ਬਾਬੇ ਹੋਏ ਨੇ ਮਾਲੋ ਮਾਲ ਕਹਿੰਦੇ ਪੁੱਤਰਾ ਕਰੀਂ ਖਿਆਲ ਜਿੱਤਾਂ ਨਾਲ ਹੀ ਹਾਰਾਂ ਨੇ ਜਿੱਥੇ ਮਰਦ ਪੰਜਾਬੀ ਰਾਂਝੇ ਹੀਰਾਂ ਵਰਗੀਆਂ ਨਾਰਾਂ ਨੇ ਹੀਰਾਂ ਵਰਗੀਆਂ ਨਾਰਾਂ ਨੇ ਬਈ ਸਭ ਤੋਂ ਪਹਿਲਾਂ ਜੀ ਆਇਆਂ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦਾ ਹਾਂ ਜੀ ਆਇਆਂ ਨੂੰ ਕਹਿੰਦਾ ਹਾਂ ਦੋਸਤੋ ਹਰ ਹਫ਼ਤੇ ਲੈ ਕੇ ਮੰਡੇ ਵਾਲੇ ਦਿਨ ਤੁਹਾਡੇ ਲਈ ਹਾਜ਼ਰ ਹੋਇਆ ਕਰਦਾ ਹਾਂ ਜੀ ਆਇਆਂ ਪ੍ਰੋਗਰਾਮ ਪਰ ਪਿਛਲੇ ਦੋ ਹਫ਼ਤਿਆਂ ਦੇ ਵਿੱਚ ਕੁਛ ਟੈਕਨੀਕਲ ਪ੍ਰੋਬਲਮ ਆਉਣ ਕਰਕੇ ਪ੍ਰੋਗਰਾਮ ਨਹੀਂ ਕਰ ਸਕੇ ਉਸ ਲਈ ਮਾਫ਼ੀ ਮੰਗਦਾ ਹਾਂ ਲੇਕਿਨ ਇਹ ਜਿਹੜੀਆਂ ਕੋਸ਼ਿਸ਼ਾਂ ਸਾਡੀਆਂ ਉਹ ਹਮੇਸ਼ਾ ਹੀ ਜਾਰੀ ਰਹਿਣਗੀਆਂ ਔਰ ਤੁਹਾਡਾ ਪਿਆਰ ਜਿਹੜਾ ਆ ਸਤਿਕਾਰ ਹੈ ਉਹ ਜਿਸ ਤਰ੍ਹਾਂ ਤੁਸੀਂ ਦਿੰਦੇ ਹੋ ਅਤੇ ਮੈਂ ਤੁਹਾਡਾ ਹਮੇਸ਼ਾ ਹੀ ਰਿਣੀ ਰਵਾਂਗਾ ਕਿਉਂਕਿ ਜੇ ਮੈਂ ਗੱਲ ਕਰਦਾ ਬਹਾਰਾਂ ਪੰਜਾਬ ਦੀਆਂ ਦੀ ਉਸ ਪ੍ਰੋਗਰਾਮ ਨੂੰ ਵੀ ਤੁਸੀਂ ਬਹੁਤ ਸਾਰਾ ਭਰਮਾ ਹੁੰਗਾਰਾ ਦਿੱਤਾ ਔਰ ਪਿਆਰ ਦਿੰਦੇ ਸੀ ਦਿੱਤਾ ਵੀ ਹੈ ਅਤੇ ਲੇਕਿਨ ਜੀ ਆਇਆਂ ਨੂੰ ਵੈਲਕਮ ਜਿਹੜਾ ਪ੍ਰੋਗਰਾਮ ਸਾਊਥਹਾਲ ਟੀ ਵੀ 'ਤੇ ਲੈ ਕੇ ਹਾਜ਼ਰ ਹੋਇਆ ਹਾਂ ਬਈ ਸਾਊਥਹਾਲ ਟੀ ਵੀ ਤੁਸੀਂ ਜਾਣਦੇ ਹੋ ਕਿ ਵਰਲਡਵਾਈਡ ਨੈੱਟ ਦੀ ਜ਼ਰੀਏ ਦੁਨੀਆ ਦੇ ਹਰ ਕੋਨੇ ਵਿੱਚ ਵੇਖਿਆ ਜਾ ਰਿਹਾ ਸੁਣਿਆ ਜਾ ਰਿਹਾ ਇਹਦੀ ਹੁਣ ਜਿਹੜੀ ਚਰਚਾ ਹੈ ਉਹ ਦਿਨੋਂ ਦਿਨ ਵੱਧਦੀ ਜਾ ਰਹੀ ਆ ਅਤੇ ਬਹੁਤ ਸਾਰੇ ਜਿਹੜੇ ਸਾਡੇ ਪ੍ਰੋਗਰਾਮ ਆਉਣ ਵਾਲੇ ਔਨਲਾਈਨ ਜਿਹੜੇ ਕਿ ਨਵੇਂ ਉਲੀਕ ਰਹੇ ਹਾਂ ਅਤੇ ਜਿਸ ਤਰ੍ਹਾਂ ਤੁਸੀਂ ਨਿਊਜ਼ ਸਾਡੀ ਜਿਹੜੀ ਆ ਰਾਊਂਡਸਅਪ ਉਹਨੂੰ ਵੀ ਬੜਾ ਭਰਮਾ ਹੁੰਗਾਰਾ ਦਿੱਤਾ ਅਤੇ ਮੈਂ ਆਪਣੀ ਟੀਮ ਵੱਲੋਂ ਤੁਹਾਡਾ ਧੰਨਵਾਦ ਕਰਦਾ ਹਾਂ ਔਰ ਫਿਰ ਜੀ ਆਇਆਂ ਨੂੰ ਕਹਿੰਦਾ ਹਾਂ ਬਈ ਦੋਸਤੋ ਬਈ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਸਾਡੇ ਕੋਲ ਸਾਡਾ ਮਹਿਮਾਨ ਹਾਜ਼ਰ ਹੈ ਅੱਜ ਦਾ ਜਿਹੜਾ ਸਾਡਾ ਮਹਿਮਾਨ ਹੈ ਬਿਲਕੁਲ ਬਈ ਨਵੀਂ ਐਂਟਰੀ ਆ ਜਿਹਨੂੰ ਕਹਿੰਦੇ ਆ ਕਿ ਇਸ ਫੀਲਡ ਦੇ ਵਿੱਚ ਗਾਇਕੀ ਦੀ ਦੁਨੀਆ ਦੇ ਵਿੱਚ ਇੱਕ ਨਵਾਂ ਕਲਾਕਾਰ ਮੈਂ ਇਸ ਗੱਲ ਦਾ ਜ਼ਰੂਰ ਤੁਹਾਡੇ ਨਾਲ ਯਕੀਨ ਰੱਖਾਂਗਾ ਆਪਣੇ ਆਪ ਤੋਂ ਮੈਂ ਯਕੀਨ ਰੱਖਦਾ ਤੁਹਾਡੇ ਤੋਂ ਵੀ ਯਕੀਨ ਰੱਖਾਂਗਾ ਕਿ ਤੁਸੀਂ ਇਸ ਕਲਾਕਾਰ ਨੂੰ ਬਹੁਤ ਸਾਰਾ ਪਿਆਰ ਦੇਵੋਗੇ ਕਿਉਂਕਿ ਇਹਨਾਂ ਦੀ ਜਿਹੜੀ ਹੁਣ ਨਵੀਂ ਰਿਲੀਜ਼ ਆ ਜਿਹੜੀ ਡਿਊਟ ਆ ਉਹ ਤਕਰੀਬਨ ਮੇਰੇ ਖਿਆਲ ਹੈ ਕਿ ਥੋੜ੍ਹੀਆਂ ਵੀਕਾਂ ਦੇ ਵਿੱਚ ਬਾਹਰ ਆ ਰਿਹਾ ਅਤੇ ਮੈਂ ਸੋਚਿਆ ਕਿ ਵੀ ਕਈ ਵਾਰੀ ਅਸੀਂ ਉਹਨਾਂ ਕਲਾਕਾਰਾਂ ਨੂੰ ਇੰਟਰਵਿਊ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਸਾਰਾ ਕੰਮ ਕੀਤਾ ਹੁੰਦਾ ਸੰਘਰਸ਼ ਕੀਤਾ ਹੁੰਦਾ ਪਰ ਲੇਕਿਨ ਜਿਸ ਥਾਂ 'ਤੇ ਹੁਣ ਅੱਜ ਇਹ ਮੁੰਡਾ ਮੈਨੂੰ ਨਜ਼ਰ ਆ ਰਿਹਾ ਅਤੇ ਇਹਦੇ ਪਿੱਛੇ ਵੀ ਇਹ ਸੰਘਰਸ਼ ਤੋਂ ਬਿਨਾਂ ਨਹੀਂ ਆ ਸਕਦਾ ਕਿਉਂਕਿ ਮਿਹਨਤਾਂ ਕੀਤੀਆਂ ਮਿਹਨਤ ਤੋਂ ਬਿਨਾਂ ਜਿਹੜੀ ਆਵਾਜ਼ ਅੰਦਾਜ਼ ਔਰ ਗਾਇਕੀ ਦੀਆਂ ਬਰੀਕੀਆਂ ਨੂੰ ਸਮਝਣਾ ਅਤੇ ਉਹ ਸਿੱਖ ਕੇ ਹੀ ਇਨਸਾਨ ਅੱਗੇ ਆਉਂਦਾ ਅਤੇ ਅੱਜ ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਨਵਾਂ ਨਵੇਕਲਾ ਮੁੰਡਾ ਇਹ ਤੋਂ ਪੁੱਛਾਂਗੇ ਜਾਣਾਂਗੇ ਕਿ ਕਿੱਥੋਂ ਆਇਆ ਕਿਵੇਂ ਆਇਆ ਕੀ ਕਰਦਾ ਅਤੇ ਵੀ ਦੋਸਤੋ ਅੱਜ ਸਾਡੇ ਮਹਿਮਾਨ ਨੇ ਅਜੀਤ ਸਿੰਘ ਅਜੀਤ ਸਿੰਘ ਜਿਹੜਾ ਆ ਵਾਕਈ ਬਈ ਬਹੁਤ ਹੀ ਮਿਠਾਸ ਦਾ ਔਰ ਆਵਾਜ਼ ਦਾ ਮਾਲਕ ਆ ਅਤੇ ਮੈਂ ਇਹਨੂੰ ਸਭ ਤੋਂ ਪਹਿਲਾਂ ਜੀ ਆਇਆਂ ਦੇ ਪ੍ਰੋਗਰਾਮ ਦੇ ਵਿੱਚ ਅਜੀਤ ਸਿੰਘ ਜੀ ਆਇਆਂ ਕਹਿੰਦਾ ਸਤਿ ਸ਼੍ਰੀ ਅਕਾਲ ਸੋਢੀ ਸਾਹਿਬ ਸਭ ਤੋਂ ਪਹਿਲਾਂ ਸਾਊਥਹਾਲ ਟੀ ਵੀ ਦੇਖਣ ਵਾਲਿਆਂ ਨੂੰ ਸਾਰੇ ਦਰਸ਼ਕਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਅਜੀਤ ਸਿੰਘ ਜੀ ਕਿਉਂਕਿ ਅੱਜ ਮੈਂ ਤੁਹਾਨੂੰ ਇਹ ਨਵਾਂ ਨਵੇਕਲਾ ਨਿਊ ਸਿੰਗਰ ਦਾ ਕਹਿੰਦੇ ਦਰਜਾ ਦਿੱਤਾ ਕਿ ਵਾਕਿਆ ਤੁਸੀਂ ਮੇਰੇ ਲਈ ਵੀ ਨਵੇਂ ਹੋ ਬਿਲਕੁਲ ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਪਿਛੋਕੜ ਬਾਰੇ ਦੱਸੋ ਕਿ ਕਿੱਥੇ ਜੰਮੇ ਪਲੇ ਖੇਡੇ ਪੜ੍ਹੇ ਕਿੱਥੋਂ ਤੁਸੀਂ ਮਤਲਬ ਤੁਹਾਡਾ ਪਿਛੋਕੜ ਬੈਕਗਰਾਊਂਡ ਕੀ ਹੈ ਬੇਸਿਕਲੀ ਸੋਢੀ ਸਾਹਿਬ ਮੈਂ ਪੰਜਾਬ ਤੋਂ ਬਿਲੋਂਗ ਕਰਦਾ ਜੀ ਮੇਰਾ ਇਹ ਪਿੰਡ ਸਾਹਨੇਵਾਲ ਜ਼ਿਲ੍ਹਾ ਲੁਧਿਆਣਾ ਸੋ ਉੱਥੇ ਮੈਂ ਜੰਮਿਆ ਪਲਾਂ ਉੱਥੇ ਹੀ ਪੜ੍ਹਿਆ ਸੋ ਉੱਥੇ ਹੀ ਸੰਗੀਤ ਸਿੱਖਿਆ ਆਪਣੇ ਉਸਤਾਦਾਂ ਜੀ ਤੋਂ ਸੋ ਸਾਰਾ ਕੁਛ ਮੇਰੀ ਸਟੱਡੀ ਵੀ ਉੱਥੇ ਹੋਈ ਪੰਜਾਬ ਦੇ ਵਿੱਚ ਸੋ ਉਸ ਤੋਂ ਬਾਅਦ ਫਿਰ ਫਰਦਰ ਸਟੱਡੀ ਲਈ ਇੱਥੇ ਆਏ ਠੀਕ ਸੋ ਕੰਟੀਨਿਊ ਸਟੱਡੀ ਵੀ ਚੱਲ ਰਹੀ ਆ ਨਾਲ ਨਾਲ ਅਤੇ ਸੰਗੀਤ ਦਾ ਕੁਛ ਸਿੱਖਿਆ ਹੋਇਆ ਸੀ ਜੋ ਅੱਜ ਮੈਨੂੰ ਕਈ ਪ੍ਰੋਡਿਊਸਰਸ ਜਿਵੇਂ ਐਂਬੈਸਡਰ ਸਾਊਂਡ ਵਾਲੇ AYAN ਸੋ ਉਹਨਾਂ ਨੇ ਮੈਨੂੰ ਇੱਥੇ ਐਂਟਰੀ ਦਿੱਤੀ ਕਰਨ ਲਈ ਸੋ 2013 ਦੇ ਵਿੱਚ ਮੈਂ ਇੱਥੇ ਫਸਟ ਸੌਂਗ ਕੀਤਾ ਸੀ ਆਪਣਾ ਡੈਬਿਟ ਇੱਧਰਲੀ ਫਸੇ ਫੇਰ ਆਊਂਗਾ ਕਿਉਂਕਿ ਮੈਂ ਪਹਿਲਾਂ ਤੁਹਾਡੇ ਸਕੂਲ ਦੀ ਕਾਲਜ ਦੀ ਵਿੱਦਿਆ ਦੀ ਗੱਲ ਕਰਦਾ ਕਿ ਕਿੰਨਾ ਪੜ੍ਹੇ ਆ ਕਿਉਂਕਿ ਇਹ ਜ਼ਰੂਰੀ ਹੈ ਕਿਉਂਕਿ ਜਿਸ ਤਰ੍ਹਾਂ ਤੁਸੀਂ ਸੰਗੀਤ ਦੀ ਦੁਨੀਆ ਦੇ ਵਿੱਚ ਪਏ ਆ ਉਹ ਬੜਾ ਜ਼ਰੂਰੀ ਹੈ ਕਿ ਤੁਸੀਂ ਕਿੰਨਾ ਸਕੂਲਾਂ ਕਾਲਜਾਂ ਦੇ ਵਿੱਚ ਆਪਣੇ ਸਟੱਡੀ ਕੀਤੀ ਮੈਂ ਜੀ ਇੰਡੀਆ ਤੋਂ ਬੈਚਲਰ ਡਿਗਰੀ ਕੀਤੀ ਹੈ BCOM ਬੈਚਲਰ ਆਫ ਕਮਰਸ ਅਤੇ ਗੁਰੂ ਨਾਨਕ ਕਾਲਜ ਦੁਰਾਹਾ ਤੋਂ
ਸੋ ਸਟੱਡੀ ਤੁਹਾਨੂੰ ਪਤਾ ਤੁਹਾਡੀ ਸਭ ਜਿੰਨੀ ਜ਼ਰੂਰੀ ਆ, ਜਿਵੇਂ ਮੇਰੇ ਮਾਪੇ ਬਹੁਤ ਸਟ੍ਰਿਕਟ ਸੀਗੇ ਕਿ ਹੋਰ ਕੰਮ ਕਰੋ ਜਾਂ ਨਾ ਕਰੋ, ਪਹਿਲਾਂ ਪੜ੍ਹਾਈ ਬਹੁਤ ਜ਼ਰੂਰੀ ਹੈ ਨਾ। ਸੋ ਉਸੇ ਤਰ੍ਹਾਂ ਬੈਚਲਰ ਆਫ ਕਮਰਸ ਫਿਰ ਮਾਪਿਆਂ ਦੀ ਸਹਾਇਤਾ ਦੇ ਨਾਲ, ਮਤਲਬ ਬਹੁਤ ਔਖੇ ਹੋ ਕੇ ਜਿਵੇਂ ਕਹਿ ਸਕਦੇ ਹਾਂ, ਕੰਪਲੀਟ ਕੀਤੀ ਆਪਣੀ ਸਟੱਡੀ ਇੰਡੀਆ ਦੇ ਵਿੱਚ। ਉਸ ਤੋਂ ਬਾਅਦ ਫਿਰ ਫਰਦਰ ਸਟੱਡੀ ਲਈ ਫਿਰ ਮੈਂ ਐਮ ਬੀ ਏ ਕਰਨ ਲਈ ਤੋਂ ਫਿਰ ਯੂ ਕੇ ਦੇ ਵਿੱਚ ਆਇਆ। ਇਹ ਜਿਹੜਾ ਗਾਉਣ ਦਾ ਕੀੜਾ ਹੈ ਤੁਹਾਡਾ, ਜਿਹੜਾ ਮਤਲਬ ਆਮ ਤਾਂ ਮਾਪੇ ਰੋਕਦੇ ਹੁੰਦੇ ਆ, ਹਾਂਜੀ, ਜੋ ਤੁਸੀਂ ਪੜ੍ਹਦੇ ਸੀ ਉਹ ਕਹਿੰਦੇ ਕਿ ਬੱਚਾ ਸਾਡਾ ਪੜ੍ਹ ਕੇ ਕੋਈ ਨਾ ਕੋਈ ਡਿਗਰੀ ਲਵੇ, ਡਾਕਟਰ ਬਣੇ ਜਾਂ ਮਤਲਬ ਇੰਜੀਨੀਅਰ ਬਣੇ, ਅਤੇ ਤੁਸੀਂ ਇਹ ਤੁਹਾਨੂੰ ਕਿਵੇਂ ਸ਼ੌਕ ਪਿਆ? ਇਹ ਜਿਹੜਾ ਮੇਰੇ ਵੀ ਪੇਰੈਂਟਸ ਜਿਵੇਂ ਚਾਹੁੰਦੇ ਸੀ ਕਿ ਮੈਂ ਵੀ ਪੜ੍ਹ ਕੇ ਲਿਖ ਕੇ ਕੁਛ ਕਰਾਂ, ਹੈ ਨਾ, ਕੋਈ ਜੋਬ ਕਰਾਂ, ਵਧੀਆ ਕਰਾਂ। ਸੋ ਇਸ ਫੀਲਡ ਦੇ ਵਿੱਚ ਜਦੋਂ ਮੈਂ ਗੱਲ ਕਰਦਾ ਹੁੰਦਾ ਸੀ ਆਪਣੇ ਪੇਰੈਂਟਸ ਨਾਲ ਜਾਂ ਆਪਣੇ ਫਰੈਂਡ ਸਰਕਲ ਦੇ ਵਿੱਚ, ਜਦੋਂ ਮੈਂ ਕਾਲਜ ਵਿੱਚ ਵੀ ਗਾਉਂਦਾ ਹੁੰਦਾ ਸੀ, ਅਤੇ ਜਦੋਂ ਪਤਾ ਲੱਗਦਾ ਸੀ ਮੇਰੇ ਪੇਰੈਂਟਸ, ਉਹ ਕਹਿੰਦੇ ਸੀ ਇਹ ਤੇਰਾ ਅਲੱਗ ਗੁਣ ਆ ਨਾ, ਤੂੰ ਸਿੱਖ ਸਕਦਾ, ਤੂੰ ਕੁਛ ਵੀ ਕਰ, ਪਰ ਕੁਰਾਹੇ ਨਹੀਂ ਪੈਣਾ, ਰਾਹੇ ਪੈਣਾ, ਗਲਤ ਕੰਮ 'ਤੇ ਨਹੀਂ ਜਾਣਾ, ਤੂੰ ਕਿਤੇ ਜੋ ਮਰਜ਼ੀ ਕਰ, ਤੇਰੀ ਲਾਈਫ ਅਸੀਂ ਸ਼ਹਿਰ ਦਰਾਹਾ ਕਰਕੇ ਕੁਰਾਹੇ ਨਹੀਂ ਪੈਣਾ, ਬਹੁਤ ਵਧੀਆ ਰਾਈਮ ਵੀ ਹੋ ਜਾਂਦਾ। ਸ਼ਹਿਰ ਦਰਾਹਾ ਸਾਡੇ ਨਾਲ ਸਾਹਨੇਵਾਲ ਦੇ ਬਿਲਕੁਲ ਨਾਲ, ਬਿਲਕੁਲ ਨਾਲ ਟਾਊਨ ਨੇ ਇਹ। ਠੀਕ ਹੈ, ਠੀਕ ਹੈ। ਅਤੇ ਫਿਰ ਉਸ ਤੋਂ ਬਾਅਦ ਉਹਨਾਂ ਕਿਹਾ ਸੀ ਸਟੱਡੀ ਪਹਿਲਾਂ ਪ੍ਰੈਫਰੈਂਸ ਆ ਤੇਰੀ, ਸਾਡਾ ਜ਼ੋਰ ਆ ਜੋ ਤੈਨੂੰ ਪੜ੍ਹਾਉਣ ਲਿਖਾਉਣ 'ਤੇ ਆ ਨਾ, ਅਤੇ ਸਟੱਡੀ ਵੀ ਕੰਪਲੀਟ ਕਰਨੀ ਸੀ, ਉਹ ਵੀ ਮੇਰੇ ਇੱਕ ਬੜੀ ਜ਼ਿੰਮੇਵਾਰੀ ਸੀ ਕਹਿ ਸਕਦੇ ਹਾਂ। ਫਿਰ ਜਿਹੜਾ ਸੰਗੀਤ ਸੀ, ਮਿਊਜ਼ਿਕ ਮੈਂ ਕਾਲਜ ਦੇ ਵਿੱਚ ਗਾਉਂਦਾ ਸੀਗਾ, ਅਤੇ ਆਪਣੇ ਫਰੈਂਡ ਸਰਕਲ ਦੇ ਵਿੱਚ ਮੈਨੂੰ ਉੱਥੇ ਜਿਵੇਂ ਭੰਗੜਾ ਟੀਮ ਹੁੰਦੀ ਆ ਕਾਲਜ ਦੇ ਵਿੱਚ, ਹੈ ਨਾ, ਅਤੇ ਬੋਲੀਆਂ ਪਾਉਣ ਦਾ ਮੌਕਾ ਮਿਲਿਆ, ਬੋਲੀ ਪਾਉਂਦਾ ਸੀ, ਢੋਲ ਵੀ ਆਉਂਦਾ ਹੁੰਦਾ ਸੀਗਾ, ਥੋੜ੍ਹਾ ਰਿਦਮ ਦਾ ਥੋੜ੍ਹਾ ਸੀਗਾ ਮੈਨੂੰ, ਹੈ ਨਾ, ਇੰਨਾ ਨਹੀਂ ਸਿੱਖਿਆ ਹੋਇਆ ਸੀ ਪਰ ਰਿਦਮ ਥੋੜ੍ਹੀ ਪਤਾ ਸੀਗੀ, ਅਤੇ ਢੋਲ ਵੀ ਆ ਲੈਂਦਾ ਹੁੰਦਾ ਸੀ, ਫਿਰ ਨਾਲ ਉਹ ਭੰਗੜਾ ਗਰੁੱਪ ਦੇ ਨਾਲ ਹੁੰਦਾ ਸੀ, ਫਿਰ ਬੋਲੀਆਂ ਪਾਉਂਦੇ ਹੁੰਦੇ ਸੀ ਅਸੀਂ ਉੱਥੇ ਕਾਲਜ ਦੇ ਵਿੱਚ। ਫਿਰ ਉਦੋਂ ਇੰਨਾ ਕੋਈ ਚਾਂਸ ਨਹੀਂ ਮਿਲਿਆ ਸੀ ਮੈਨੂੰ ਉੱਥੋਂ ਕਾਲਜ ਤੋਂ, ਪਰ ਮੈਨੂੰ ਵਾਹ ਵਾਹ ਹੀ ਮਿਲੀ ਸੀਗੀ। ਸੋ ਜੋ ਪ੍ਰੋਫੈਸ਼ਨਲ ਆਉਣਾ ਹੈ ਤਾਂ ਇੱਥੇ ਆ, ਜਿਹੜੇ ਕਾਲਜ ਇੰਟਰ ਕਾਲਜ ਫੰਕਸ਼ਨ ਹੁੰਦੇ ਫੈਸਟੀਵਲ, ਉਹਨਾਂ 'ਚ ਵੀ ਭਾਗ ਲਿਆ ਜਿੱਦਾਂ ਮਤਲਬ ਗਾਉਣ ਦਾ ਮੌਕਾ ਮਿਲਿਆ ਸਟੇਜ 'ਤੇ? ਹਾਂਜੀ, ਨਹੀਂ, ਜਸਟ ਭੰਗੜਾ ਟੀਮ ਦੇ ਵਿੱਚ ਸੀਗਾ, ਮੈਂ ਪਰਸਨਲੀ ਨਹੀਂ ਗਾਇਆ ਹੈਗਾ, ਜਿਵੇਂ ਐਜ਼ ਏ ਸਿੰਗਰ, ਐਜ਼ ਏ ਸਿੰਗਰ ਨਹੀਂ, ਉਦਾਂ ਨਹੀਂ ਗਾਇਆ ਸੀਗਾ, ਜਸਟ ਬੋਲੀਆਂ ਪਾਉਂਦੇ ਹੁੰਦੇ ਸੀਗੇ, ਸਾਡਾ ਇੱਕ ਗਰੁੱਪ ਹੁੰਦਾ ਸੀ ਕਾਲਜ ਦੇ ਵਿੱਚ, ਅਤੇ ਉਸੇ ਤਰ੍ਹਾਂ ਅਸੀਂ ਕਰਦੇ ਸੀਗੇ, ਅਤੇ ਉਸ ਤੋਂ ਬਾਅਦ ਫਿਰ ਅਤੇ ਜਿਹੜੇ ਉਸਤਾਦ ਸੀ ਤੁਹਾਡੇ, ਉਹ ਤੁਸੀਂ ਉਤਾਰੇ ਮਤਲਬ ਉੱਥੇ ਪੰਜਾਬ ਦੇ ਵਿੱਚ? ਹਾਂਜੀ, ਜਿਹੜੀ ਮੇਰੀ ਸੰਗੀਤ ਦੀ ਸਿੱਖਿਆ, ਮੈਂ ਮੇਰੇ ਉਸਤਾਦ ਜੀ ਭਾਈ ਸ਼ਰਨਜੀਤ ਸਿੰਘ ਜੀ ਦਰਾਹਾ ਤੋਂ, ਉਹ ਗੁਰਦੁਆਰਾ ਸਾਹਿਬ ਦੇ ਵਿੱਚ ਕੀਰਤਨ ਕਰਦੇ ਸੀਗੇ, ਡਿਊਟੀ ਨਿਭਾਉਂਦੇ ਸੀਗੇ, ਅਤੇ ਉਹਨਾਂ ਨਾਲ ਮੇਲ ਹੋਇਆ ਮੇਰਾ, ਅਤੇ ਉਹਨਾਂ ਕੋਲ ਗਿਆ, ਅਤੇ ਉਹਨਾਂ ਕੋਲ ਉਸਤਾਦ ਜੀ ਕੋਲ ਸਿੱਖਣਾ ਸਟਾਰਟ ਕੀਤਾ, ਲਗਭਗ 2.5 ਸਾਲ ਉਹਨਾਂ ਤੋਂ ਸਿੱਖਿਆ ਮੈਂ, ਅਤੇ ਕਿਉਂਕਿ ਕਾਲਜ ਵੀ ਜਾਣਾ ਹੁੰਦਾ ਸੀ, ਆਫਟਰ ਕਾਲਜ ਫਿਰ ਮੈਂ ਉਹਨਾਂ ਕੋਲ ਚੱਲ ਜਾਂਦਾ ਹੁੰਦਾ ਸੀਗਾ, ਅਤੇ ਫਿਰ ਉਦੋਂ ਉਹਨਾਂ ਤੋਂ ਕਲਾਸ ਘੰਟਾ 1-2 ਘੰਟੇ ਕਲਾਸ ਲਾ ਕੇ, ਯਾਨੀ ਕਿ ਉਹਦਾ ਘਰ ਵਾਲਾ ਹੀ ਮਾਹੌਲ ਸੀ ਉਹਨਾਂ ਨਾਲ, ਹੈ ਨਾ, ਪਿਆਰ ਪੈ ਗਿਆ ਸੀ ਉਹਨਾਂ ਨਾਲ ਕਾਫੀ ਉਸਤਾਦ ਜੀ ਨਾਲ, ਸੋ ਉਦੋਂ ਕਰ ਦਿੰਦੇ ਸੀਗੇ। ਜਿਹੜੇ ਮਤਲਬ ਕੀਰਤਨ ਕਰਦੇ ਆ ਬਾਕੀ, ਉਹਨਾਂ ਨੂੰ ਉਹਨਾਂ ਤੋਂ ਤੁਸੀਂ ਸਿੱਖੇ ਹੋ? ਹਾਂਜੀ। ਅਤੇ ਸਿੱਖਣ 2.5 ਸਾਲ ਦੇ ਵਿੱਚ ਤੁਸੀਂ ਕੀ ਮਤਲਬ ਕਿ ਤੁਹਾਨੂੰ ਮੁਸ਼ਕਲਾਂ ਦਾ ਕੀ ਸਾਹਮਣਾ ਕਰਨਾ ਪਿਆ? ਨਹੀਂ, ਕੋਈ ਖਾਸ ਮੁਸ਼ਕਲਾਂ ਨਹੀਂ ਕਹਿ ਸਕਦੇ, ਜਿਵੇਂ ਹੁਣ ਮੈਂ ਵੀ ਗੁਰਸਿੱਖ ਫੈਮਿਲੀ ਤੋਂ ਬਿਲੋਂਗ ਕਰਦਾ ਨਾ, ਸੋ ਸਾਡੇ ਫਾਦਰ ਸਾਹਿਬ ਵੀ ਕੀਰਤਨ ਕਰ ਲੈਂਦੇ ਆ ਨਾ, ਹਾਂਜੀ, ਅਤੇ ਉਹ ਫਿਰ ਥੋੜ੍ਹਾ ਜਿਹਾ ਜਦੋਂ ਸਿੱਖਣਾ ਸੀਗਾ, ਮੈਂ ਕਹਿ ਕੇ ਉਸਤਾਦ ਜੀ ਉਹਨਾਂ ਤੋਂ ਕਿ ਮੈਂ ਇੱਕ ਸ਼ਬਦ ਕੀਰਤਨ ਸਿੱਖਣ ਲੱਗਿਆ, ਆਪਣੇ ਫਾਦਰ ਸਾਹਿਬ ਨੂੰ ਕਿਹਾ ਸੀਗਾ, ਅਤੇ ਉਹਨਾਂ ਕਿਹਾ ਕੋਈ ਗੱਲ ਨਹੀਂ, ਡੋਂਟ ਵਰੀ, ਤੂੰ ਸਿੱਖ ਕੁਛ ਤਾਂ ਸਿੱਖ, ਹੈ ਨਾ, ਨਾਲ ਸਟੱਡੀ ਤਾਂ ਬਹੁਤ ਜ਼ਰੂਰੀ ਆ, ਕਿਉਂਕਿ ਅੱਜ ਕੱਲ੍ਹ ਦਾ ਜਿਹੜਾ ਜ਼ਮਾਨਾ, ਕੁਛ ਗੁਣ ਜਿੰਨੇ ਗੁਣ ਹੁਣ ਘੱਟ ਨੇ, ਹੈ ਨਾ, ਅਤੇ ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਮੈਂ ਇਸ ਲਾਈਨ ਦੇ ਵਿੱਚ ਆਉਣਾ ਜਾਂ ਕੁਛ ਕਰਨਾ, ਹੈ ਨਾ, ਅਤੇ ਉਦੋਂ ਮੈਂ ਸਿੱਖਦਾ ਸੀ ਫਿਰ ਇੰਡੀਆ ਦੇ ਵਿੱਚ। ਮੁਸ਼ਕਲਾਂ ਇਹ ਸੀ ਕਿ ਬਸ ਕੋਈ ਇੱਦਾਂ ਦੀ ਮੁਸ਼ਕਲ, ਖਾਸ ਮੁਸ਼ਕਲ ਨਹੀਂ ਸੀ ਕੋਈ, ਜਦੋਂ ਪਰਮਾਤਮਾ ਨੇ ਸਾਰਾ ਕੁਛ ਵਧੀਆ ਰੱਖਿਆ ਮੇਰੇ ਲਈ, ਸੋ ਫੈਮਿਲੀ ਵੱਲੋਂ ਵੀ ਠੀਕ ਸੀਗੇ ਸਾਰਾ ਕੁਛ, ਪੇਰੈਂਟਸ ਨੇ ਬਹੁਤ ਸਪੋਰਟ ਕੀਤੀ। ਅਤੇ ਜਿਹੜੇ ਆਪਣੇ ਉਸਤਾਦ ਜੀ, ਉਹਨਾਂ ਨੇ ਤੁਹਾਨੂੰ ਰਿਆਜ਼ ਵਗੈਰਾ ਦੱਸਿਆ ਬਕਾਇਦਾ ਕਿ ਮਤਲਬ ਰਿਆਜ਼ ਕਿਸ ਵੇਲੇ ਦਾ ਵਧੀਆ? ਰਿਆਜ਼ ਤਾਂ ਇਹ ਸੁਬਾਹ ਉੱਠ ਕੇ ਆਉਂਦਾ ਜੀ, ਜਿਹੜਾ ਗਲੇ ਦਾ ਗ੍ਰਾਮ ਦਾ ਰਿਆਜ਼ ਕਹਿੰਦੇ ਆ ਜਿਹਨੂੰ, ਗਲਾ ਬਣਾਉਣ ਵਾਸਤੇ ਜਿਵੇਂ ਬੇਸ, ਗਲੇ ਦੀ ਬੇਸ ਬਣਾਉਣ ਲਈ, ਉਹ ਤਾਂ ਸਿਰਫ ਸੁਬਾਹ ਦਾ ਕਹਿੰਦੇ ਆ ਨਾ ਸਵੇਰੇ, ਅਤੇ ਉਸ ਤੋਂ ਬਾਅਦ ਰਿਆਜ਼ ਤਾਂ ਜੀ ਜਿੰਨਾ ਕਰ ਸਕੇ ਉਹਨਾਂ ਥੋੜ੍ਹਾ ਜਿਹਾ, ਜਿਵੇਂ ਹੁਣ ਕਲਾਸੀਕਲ ਸ਼ਬਦ ਕੀਰਤਨ ਸਿੱਖਦੇ ਸੀ ਉਹਨਾਂ ਤੋਂ, ਹੈ ਨਾ, ਅਤੇ ਕਲਾਸੀਕਲ ਸੀ, ਉਹ ਕਲਾਸੀਕਲ ਦੇ ਜਿਵੇਂ ਹੁਣ ਘਰ ਜਾ ਕੇ ਆਪਾਂ ਪ੍ਰੈਕਟਿਸ ਕਰਦੇ ਹੁੰਦੇ ਸੀਗੇ, ਅਤੇ ਉਹ ਕਾਫੀ ਕਾਫੀ ਟਾਈਮ ਦੇਣਾ ਪੈਂਦਾ ਹਾਰਮੋਨੀਅਮ, ਜੇ ਤੁਸੀਂ ਨਹੀਂ ਟਾਈਮ ਦਿੰਦੇ ਹਾਰਮੋਨੀਅਮ ਨੂੰ ਤਾਂ ਫਿਰ ਦੂਰ ਕਾਫੀ ਹੋ ਜਾਂਦੇ, ਹੈ ਨਾ, ਅਤੇ ਫਿਰ ਉਦੋਂ ਸਟੱਡੀ ਵੀ ਹੁੰਦੀ ਸੀ ਨਾਲ, ਹੈ ਨਾ, ਫਿਰ ਕਾਲਜ ਖਤਮ ਕਰਕੇ ਨਾਲ ਇੱਧਰ ਇਹ ਵੀ ਦੇਣਾ ਹਾਰਮੋਨੀਅਮ ਨੂੰ ਟਾਈਮ, ਸੋ ਉਹ ਟਾਈਮ ਥੋੜ੍ਹਾ ਹੁੰਦਾ ਸੀ ਕਿ ਕਿਵੇਂ ਕੱਢਣਾ, ਐਡਜਸਟ ਕਰਨਾ, ਉਹ ਮੇਰੀ ਹੈਡਕ ਹੁੰਦੀ ਸੀ, ਮੈਂ ਕਰ ਦਿੰਦਾ ਹੁੰਦਾ ਸੀਗਾ। ਹੁਣ ਵੀ ਅੱਜ ਕਹਿੰਦੇ ਹੁੰਦੇ ਸਾਊਥਲ ਟੀ ਵੀ 'ਤੇ ਜੀਆਂ ਦੇ ਪ੍ਰੋਗਰਾਮ ਦੇ ਵਿੱਚ, ਮੈਂ ਉਹ ਹੀ ਸੁਣਨਾ ਚਾਹੁੰਦਾ ਕਿ ਤੁਹਾਡੇ ਸ਼ਬਦ, ਕਿਉਂਕਿ ਆਪਾਂ ਸ਼ੁਰੂਆਤ ਹੀ ਇੱਥੋਂ ਕਰਦੇ ਹਾਂ। ਬਿਲਕੁਲ ਜੀ, ਬਿਲਕੁਲ, ਹਾਂਜੀ, ਬਹੁਤ ਵਧੀਆ ਗੱਲ ਕੀਤੀ ਤੁਹਾਡੀ, ਉਸ ਪ੍ਰੋਗਰਾਮ ਦੀ ਸਟਾਰਟਿੰਗ ਵੀ ਸ਼ਬਦ ਕੀਰਤਨ ਦੇ ਜਾਈਏ, ਹਾਂ, ਅਤੇ ਹੋ ਜਾ ਫਿਰ ਸਾਨੂੰ ਸਾਡੇ ਦਰਸ਼ਕਾਂ ਨੂੰ ਕੀ? ਜੀ ਬਿਲਕੁਲ, ਇੱਕ ਮੈਂ ਸ਼ਬਦ ਤੁਹਾਨੂੰ ਸੁਣਾਉਣ ਜਾ ਰਿਹਾ, ਅਤੇ ਇਹਦੀ ਕੰਪੋਜੀਸ਼ਨ ਜਿਹੜੀ ਆ ਖੁਦ ਤਿਆਰ ਕੀਤੀ ਸੀ,
ਕੋਸ਼ਿਸ਼ ਜਾਰੀ ਹੈ ਜੀ। ਸੋ ਮੈਨੂੰ ਪਤਾ ਲੱਗ ਜਾਣਾ ਆ ਜਿੱਥੋਂ ਤੁਸੀਂ ਦੱਸ ਦੋਗੇ ਕਿਵੇਂ ਕੰਪੀਟੀਸ਼ਨ ਕਿੱਦਾਂ ਸੋ ਕਰਨੀ ਚਾਹੀਦੀ ਹੈ। ਦਰਸ਼ਕ ਜਿਹੜੇ ਸਾਡੇ ਨਾਲ ਸੂਝਵਾਨ ਆ ਉਹਨਾਂ ਨੇ ਮਤਲਬ ਆਪਣਾ ਪ੍ਰੋਗਰਾਮ ਦੇਖ ਕੇ ਨਾਲ ਦੀ ਨਾਲ ਫੀਡਬੈਕ ਦੇ ਦਿੰਦੇ ਨੇ। ਹਾਂਜੀ ਹਾਂਜੀ ਕੋਈ ਨਹੀਂ, ਜ਼ਰੂਰ ਤੁਹਾਨੂੰ ਸ਼ਬਦ ਕੀ ਸੀ। ਬਹੁਤ ਵਧੀਆ, ਬਹੁਤ ਵਧੀਆ। ਅਤੇ ਪਿਆਰੇ ਦਰਸ਼ਕੋ, ਕਿ ਬਈ ਸਾਡੇ ਅੱਜ ਦੇ ਮਹਿਮਾਨ ਨੇ ਅਜੀਤ ਸਿੰਘ। ਸ਼ੁਰੂਆਤ ਬਹੁਤ ਵਧੀਆ ਹੋ ਚੁੱਕੀ ਆ ਔਰ ਤੁਸੀਂ ਵੀ ਉਤਾਵਲੇ ਹੋਵੋਗੇ ਕਿ ਬਈ ਹੁਣ ਅਜੀਤ ਸਿੰਘ ਤੋਂ ਹੋਰ ਕੀ ਸੁਣਨਾ। ਅਤੇ ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ।